ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ ਇੱਕ ਨੌਜਵਾਨ ਵੱਲੋਂ ਕਾਰ ਧਵਾਉਣ ਆਏ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਹਲਾਕ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸਾਰੀ ਵਾਰਦਾਤ ਸਰਵਿਸ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸੇ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਜ਼ਿਲ੍ਹਾ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅਬੋਹਰ ਦੇ ਹਨੂਮਾਨਗੜ੍ਹ ਰੋਡ ਤੇ ਸਥਿਤ ਮਾਨ ਸਰਵਿਸ ਸਟੇਸ਼ਨ ਵਿੱਚ ਮੰਗਲਵਾਰ ਦੀ ਦੁਪਹਿਰ ਗੋਲੀਆਂ ਚੱਲਣ ਦੀ ਆਵਾਜ਼ ਨੇ ਦਹਿਸ਼ਤ ਫੈਲਾ ਦਿੱਤੀ। ਬਾਅਦ ਵਿੱਚ ਪਤਾ ਚੱਲਿਆ ਕਿ ਗੋਲੀਆਂ ਸਰਵਿਸ ਸਟੇਸ਼ਨ ਤੇ ਕਾਰ ਧਵਾਉਣ ਆਏ ਇੱਕ ਨੌਜਵਾਨ ਨੂੰ ਇੱਕ ਹੋਰ ਨਕਾਬਪੋਸ਼ ਨੌਜਵਾਨ ਨੇ ਮਾਰੀਆਂ ਹਨ। ਫੱਟੜ ਹੋਏ ਨੌਜਵਾਨ ਦੀ ਪਹਿਚਾਣ ਵਿਪਨ ਕੁਮਾਰ ਪੁੱਤਰ ਵਜੀਰ ਚੰਦ ਵਾਸੀ ਢਾਣੀ ਡਟਕਣ ਵਜੋਂ ਹੋਈ ਹੈ, ਜਿਸ ਦਾ ਵਿਆਹ ਆਉਂਦੀ 8 ਅਪ੍ਰੈਲ ਨੂੰ ਪੱਕਾ ਹੋਇਆ ਸੀ। ਫੱਟੜ ਦਾ ਸਾਥੀ ਉਸ ਨੂੰ ਸਰਕਾਰੀ ਹਸਪਤਾਲ ਅਬੋਹਰ ਵਿਖੇ ਇਲਾਜ ਲਈ ਲੈ ਕੇ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਪਰ ਸ੍ਰੀ ਮੁਕਤਸਰ ਸਾਹਿਬ ਕੋਲ ਪਹੁੰਚਣ ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਤਜਿੰਦਰ ਸਿੰਘ ਉਰਫ ਕਾਕਾ ਬਰਾੜ ਵਾਸੀ ਪਿੰਡ ਕੁੰਡਲ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਕਪਤਾਨ ਨੇ ਮੰਗਲਵਾਰ ਦੇਰ ਸ਼ਾਮ ਅਬੋਹਰ ਵਿਖੇ ਬੁਲਾਏ ਗਏ ਇੱਕ ਪੱਤਰਕਾਰ ਸੰਮੇਲਨ ਵਿੱਚ ਇਹ ਖੁਲਾਸਾ ਕੀਤਾ ਕਿ ਪੁਲਿਸ ਨੇ ਇਸ ਗੋਲੀ ਕਾਂਡ ਦੇ ਮਾਮਲੇ ਨੂੰ ਚੰਦ ਘੰਟਿਆਂ ਬਾਅਦ ਹੀ ਸੁਲਝਾ ਲਿਆ ਹੈ। ਅਬੋਹਰ ਸ਼ਹਿਰ ਮੇ ਹਨੂਮਾਨਗੜ੍ਹ ਬਾਈਪਾਸ ਰੋਡ ਪੇ ਇੱਕ ਮਾਨ ਸਰਵਿਸ ਸਟੇਸ਼ਨ ਹੈ, ਵਹਾਂ ਪੇ ਕਰੀਬ 2:30 ਵਜੇ ਕੇ ਕਰੀਬ ਇੱਕ ਵਿਪਿਨ ਕੁਮਾਰ ਸਨ ਆਫ ਵਜੀਰ ਚੰਦ ਨਾਮ ਕਾ ਵਿਅਕਤੀ ਆਪਣੀ ਕਾਰ ਕੀ ਸਰਵਿਸਿੰਗ ਕਰਨੇ ਕੇ ਲੀਏ ਗਿਆ ਥਾ ਔਰ ਉਸੀ ਸਮੇਂ ਪੇ ਵਹਾਂ ਪੇ ਇੱਕ ਬੰਦੇ ਨੇ ਆ ਕੇ ਉਸ ਪਰ ਫਾਇਰਿੰਗ ਕੀ, 3 ਗੋਲੀਆਂ ਉਸਕੇ ਵਾਈਟਲ ਪਾਰਟਸ ਪਰ ਲਗੀ ਔਰ ਉਸਕੀ ਹੋਸਪਿਟਲ ਲੈ ਜਾਤੇ ਹੋਏ ਉਸਕੇ ਰਸਤੇ ਮੇਂ ਡੈਥ ਹੋ ਗਈ। ਫਾਜ਼ਿਲਕਾ ਪੁਲਿਸ ਨੇ ਇੱਕ ਕੋਆਰਡੀਨੇਟਡ ਐਫਰਟ ਕਰਤੇ ਹੋਏ ਸਾਰੇ ਆਫਿਸਰਸ ਐਂਡ SHOs ਨੇ ਆਪਣੀ ਅਲੱਗ ਅਲੱਗ ਟੀਮੇ ਬਣਾ ਕੇ ਨਾਕਾਬੰਦੀ ਕਰਕੇ ਔਰ ਜੋ CCTV ਫੁਟੇਜ ਸੀ ਜੋ ਮਾਨ ਸਰਵਿਸ ਸਟੇਸ਼ਨ ਮੇਂ ਔਰ ਨਜ਼ਦੀਕ ਏਰੀਆ ਮੇਂ ਜਿਤਨੀ CCTV ਫੁਟੇਜ ਸੀ ਉਸਕੇ ਉੱਪਰ ਇਮੀਡੀਏਟਲੀ ਐਕਸ਼ਨ ਕਰਤੇ ਹੋਏ ਜੋ ਅਲਟੋ ਕਾਰ ਥੀ, ਵਾਈਟ ਕਲਰ ਕੀ ਅਲਟੋ ਕਾਰ ਥੀ, PV 22 ਨੰਬਰ ਕੀ, D8721 ਨੰਬਰ ਕੀ ਜੋ ਕਾਰ ਥੀ, ਹਮ ਉਸ ਕਾਰ ਕੋ ਰਾਊਂਡ ਅਪ ਕਰਨੇ ਮੇਂ ਔਰ ਜੋ ਐਕਿਊਜ ਪਰਸਨ ਹੈ ਤੇਜਿੰਦਰ ਸਿੰਘ ਇਲਿਆਸ ਕਾਕਾ ਬਰਾੜ ਸਨ ਆਫ ਸ਼ਿਵਿੰਦਰ ਪਾਲ ਸਿੰਘ, ਇਸ ਕੋ ਹਮ ਅਰੈਸਟ ਕਰਨੇ ਮੇਂ ਕਾਮਯਾਬ ਰਹੇ। ਉਸਕੇ ਸਾਥ ਜਿਸ ਵੈਪਨ ਸੇ ਇਸਨੇ ਫਾਇਰ ਕੀਆ ਹੈ 32 ਬੋਰ ਜੋ ਲਾਇਸੈਂਸੀ ਪਿਸਟਲ ਹੈ ਉਹ ਹਮ ਬਰਾਮਦ ਕਰਨੇ ਮੇਂ ਕਾਮਯਾਬ ਹੋਏ। ਬੰਦਾ ਜੋ ਮਤਲਬ ਐਕਿਊਜ਼ ਹੈ ਉਹ ਅਰੈਸਟ ਕੀਆ ਹੈ, ਵੈਪਨ ਔਰ ਗਾੜੀ ਵੀ ਹਮਨੇ ਕਬਜ਼ੇ ਮੇਂ। ਪੁਲਿਸ ਕਪਤਾਨ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਵੱਖ ਵੱਖ ਟੀਮਾਂ ਬਣਾ ਕੇ ਸ਼ਹਿਰ ਵਿੱਚ ਨਾਕੇਬੰਦੀ ਕਰ ਦਿੱਤੀ। ਉਹਨਾਂ ਦੱਸਿਆ ਕਿ ਇਸ ਦੌਰਾਨ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਜੋ ਕਿ ਘਟਨਾ ਵਾਲੀ ਜਗ੍ਹਾ ਤੇ ਲੱਗੇ CCTV ਕੈਮਰੇ ਵਿੱਚ ਵੀ ਕੈਦ ਹੋਈ ਸੀ ਨੂੰ ਪੁਲਿਸ ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਸਮੇਤ ਬਰਾਮਦ ਕਰ ਲਿਆ। ਪੁਲਿਸ ਅਧਿਕਾਰੀ ਅਨੁਸਾਰ ਮੁਲਜ਼ਮ ਦੀ ਪਹਿਚਾਣ ਤਜਿੰਦਰ ਸਿੰਘ ਉਰਫ ਕਾਕਾ ਬਰਾੜ ਵਾਸੀ ਪਿੰਡ ਕੁੰਡਲ ਵਜੋਂ ਹੋਈ ਹੈ। ਉਹਨਾਂ ਦਾ ਦਾਅਵਾ ਸੀ ਕਿ ਘਟਨਾ ਦੌਰਾਨ ਵਰਤੀ ਗਈ ਪਿਸਟਲ ਵੀ ਬਰਾਮਦ ਕਰ ਲਈ ਗਈ ਹੈ। SSP ਕੇਤਨ ਬਾਲੀਰਾਮ ਪਾਟਿਲ ਅਨੁਸਾਰ ਘਟਨਾ ਪਿੱਛੇ ਕੋਈ ਵੱਡਾ ਕਾਰਨ ਨਹੀਂ ਰਿਹਾ, ਸਗੋਂ ਮ੍ਰਿਤਕ ਅਤੇ ਗੋਲੀ ਚਲਾਉਣ ਵਾਲੇ ਵਿਚਕਾਰ ਕਰੀਬ 2 ਹਫ਼ਤੇ ਪਹਿਲਾਂ ਆਪਸੀ ਝਗੜਾ ਹੋਇਆ ਸੀ ਅਤੇ ਇਸੇ ਰੰਜਿਸ਼ ਕਰਕੇ ਨੌਜਵਾਨ ਨੇ ਵਿਪਨ ਕੁਮਾਰ ਤੇ 3 ਗੋਲੀਆਂ ਚਲਾਈਆਂ। ਉਹਨਾਂ ਕਿਹਾ ਕਿ ਅੱਗੇ ਦੀ ਤਫਤੀਸ਼ ਵਿੱਚ ਹੋਰ ਵੀ ਪਹਿਲੂ ਸਾਹਮਣੇ ਆਉਣ ਦੀ ਉਮੀਦ ਹੈ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਹੁਣ ਤੱਕ ਦੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਕੱਲੇ ਨੌਜਵਾਨ ਨੇ ਹੀ ਇਸ ਕਾਰੇ ਨੂੰ ਅੰਜਾਮ ਦਿੱਤਾ ਅਤੇ ਇਸ ਦੇ ਨਾਲ ਹੀ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਾਰੇ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਹਥਿਆਰ ਕਿੱਥੋਂ ਲੈ ਕੇ ਆਇਆ ਸੀ। ਕੀ ਵਜ੍ਹਾ ਕਹਿ ਰਹੀ ਹੈ ਇਸ ਚੀਜ਼ ਪੂਰੀ ਕਾਂਡ ਦੀ? ਅਭੀ ਤੱਕ ਜੋ ਹਮਾਰੀ ਪੁਲਿਸ ਕੀ ਪ੍ਰਾਇਮਾ ਫੇਸੀਆ ਜੋ ਪੁੱਛਗਿੱਛ ਹੈ ਉਸਕੇ ਮੁਤਾਬਿਕ ਐਕਿਊਜ਼ ਕਾ ਜੋ ਡਿਸੀਜ਼ ਪਰਸਨ ਹੈ ਉਸਕੇ ਸਾਥ ਝਗੜਾ ਹੁਆ ਥਾ ਔਰ ਉਸੀ ਕੇ ਰੰਜਿਸ਼ ਕੇ ਚਲਤੇ ਐਕਿਊਜ਼ ਨੇ ਉਸਕੇ ਉੱਪਰ ਗੋਲੀਆਂ ਚਲਾਈ ਕਿ ਜੋ ਮਨ ਮੇਂ ਔਰ ਰੰਜਿਸ਼ ਕਰਕੇ। ਬਾਕੀ ਜੋ ਆਗੇ ਕੀ ਤਫਤੀਸ਼ ਮੇਂ ਬਾਕੀ ਔਰ ਵੀ ਪਹਿਲੂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇੱਕ ਸਰ ਇਹ ਵੀ ਥਾ ਕਿ ਇਸਕੇ ਸਾਥ ਹੋਰ ਵੀ ਲੋਕ ਫਿਲਹਾਲ ਤੋ
सीसीटीवी फुटेज के मुताबिक और इसके कहने के मुताबिक हम जो भी अब तफ्तीश कर पा रहे हैं कि अकेला बंदा ये आया और इसने जो विपिन कुमार है इसके ऊपर सीधी गोलियां चलाई और मौके से भाग गया। बाकी हम पता करने की मतलब इन्वेस्टिगेशन में पता करेंगे कि और बंदों का हाथ है। वेपन जो मिला है वो था किसका? वो वेपन लाइसेंसी वेपन है, वो जो लाइसेंस होल्डर काम पता करेगी इसका, इसका रिलेटिव का है या किसी और का हो सकता है। इस घटना ने जिथे लोगों विच घट हुंदे सबर दा सबूत दिता है, उत्थे ये उन्हां नौजवानां लई वी सबक है जिहड़े अपने गुस्से ते काबू नहीं रखदे, क्योंकि कानून नूं हाथ विच लै के कीता गया कोई भी कारा मुजरिम दी जिंदगी तां उसनूं जेल दीआं सलाखां पिछे भेज के बर्बाद करदा ही है, पिछे परिवार नूं वी उस वल्लों कीते गए उस जुर्म दी सज़ा मिलदी है जिस विच ओह कदे वी भागीदार नहीं हुंदे।